ਆਖਰੀ ਆਂਸਰ ਆ, ਖਾਸ ਕਰਕੇ ਨਸ਼ੇੜੀ ਜਾਂ ਹੋਰ ਹੁੱਲੜਬਾਜ਼ੀ ਮੋਟਰਸਾਈਕਲਾਂ ਦੇ ਪਟਾਕੇ ਜਿੱਕ ਚਲਾਉਣ ਵਾਲੇ ਵਜਾਉਣ ਵਾਲੇ ਇਹ ਰਾਵਲਪਿੰਡੀ ਦਾ ਏਰੀਆ ਛੱਡ ਜਾਣ, ਨਹੀਂ ਤਾਂ ਇਹਨਾਂ ਦੇ ਖਿਲਾਫ਼ ਬਿਲਕੁਲ ਸਖ਼ਤ ਕਾਰਵਾਈ ਕੀਤੀ ਜਾਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇ। ਪੰਜਾਬ ਪੁਲਿਸ ਵਿੱਚ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਅਫਸਰ ਵਜੋਂ ਵਿਚਰਨ ਵਾਲੇ SI ਲਾਭ ਸਿੰਘ ਨੇ ਅੱਜ ਥਾਣਾ ਰਾਵਲਪਿੰਡੀ ਦੇ ਮੁੱਖ ਅਫਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਥਾਣਾ ਰਾਵਲਪਿੰਡੀ ਦੇ ਮੁੱਖ ਅਫਸਰ ਲਾਭ ਸਿੰਘ ਨੇ ਕਿਹਾ ਕਿ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਖੇਤਰ ਵਿੱਚ ਪੂਰਾ ਇਨਸਾਫ਼ ਦਿੱਤਾ ਜਾਵੇਗਾ ਅਤੇ ਹਰ ਇੱਕ ਨੂੰ ਥਾਣੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈ ਤੋਂ ਸਮਾਜ ਵਿੱਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ ਸੰਬੰਧੀ ਉਹ ਪੁਲਿਸ ਨੂੰ ਦੱਸ ਸਕਦੇ ਹਨ। ਉਹਨਾਂ ਕਿਹਾ ਕਿ ਪੁਲਿਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਗਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਹਨਾਂ ਇਲਾਕੇ ਵਿੱਚ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਖੇਤਰ ਵਿੱਚ ਕਿਸੇ ਕਿਸਮ ਦੀ ਵੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੋਰ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ, ਦੇਖੋ ਪੂਰੀ ਖਬਰ ਵਿੱਚ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ। ਮੈਂ ਜੀ ਲਾਭ ਸਿੰਘ SI ਡਿਸਟ੍ਰਿਕਟ ਜਲੰਧਰ ਤੋਂ ਟ੍ਰਾਂਸਫਰ ਹੋ ਕੇ ਆਇਆ, ਉੱਥੋਂ ਮੈਂ ਨਾਰਕੋਟਿਕ ਸੈੱਲ ਵਿੱਚ ਸੀਗਾ। ਮਿਤੀ 22/1/2014 ਨੂੰ ਜਿਹੜੀ ਆ ਮਾਨਯੋਗ SSP DSP ਫਗਵਾੜਾ SP ਫਗਵਾੜਾ ਸਾਹਿਬ ਦੇ ਹੁਕਮਾਂ ਨਿਰਦੇਸ਼ਾਂ ਦੇ ਮੁਤਾਬਕ ਜਿਹੜੀ ਇੱਥੇ ਮੇਰੀ ਪਹਿਲੀ ਪੋਸਟਿੰਗ ਹੋਈ ਹੈ ਜੀ। ਅਤੇ ਇਹਦੇ ਵਿੱਚ ਮੈਂ ਪਬਲਿਕ ਨੂੰ ਇਹੀ ਸਹਿਯੋਗ ਦੇਣਾ ਚਾਹੁੰਦਾ ਜਾਂ ਲੈਣਾ ਚਾਹੁੰਦਾ ਕਿ ਜਿਹੜੇ ਮੋਤਬਾਰ ਸਿਆਣੇ ਸਮਝਵਾਰ ਸੂਝਵਾਨ ਲੋਕ ਨੇ ਉਹ ਮੇਰੇ ਕੋਲ ਬਿਲਝਿਜ ਕੇ ਆਉਣ, ਔਰ ਜਿਹੜੀ ਸ਼ਰਾਰਤੀ ਅੰਸਰ ਆ ਖਾਸ ਕਰਕੇ ਨਸ਼ੇੜੀ ਜਾਂ ਹੋਰ ਹੁੱਲੜਬਾਜ਼ੀ ਮੋਟਰਸਾਈਕਲਾਂ ਦੇ ਪਟਾਕੇ ਜਿੱਕ ਚਲਾਉਣ ਵਾਲੇ ਵਜਾਉਣ ਵਾਲੇ ਇਹ ਰਾਵਲਪਿੰਡੀ ਦਾ ਏਰੀਆ ਛੱਡ ਜਾਣ, ਨਹੀਂ ਤਾਂ ਇਹਨਾਂ ਦੇ ਖਿਲਾਫ਼ ਬਿਲਕੁਲ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮੇਰਾ ਜਿਹੜਾ ਫੋਨ ਹੈ 98 143 000 85, 24 ਘੰਟੇ ਮੈਂ ਹਾਜ਼ਰ ਹਾਂ। ਥਾਣੇ ਦੇ ਵਿੱਚ ਹੀ ਮੇਰੀ ਤੈਨਾਤੀ ਹੈ ਅਤੇ ਥਾਣੇ ਦੇ ਵਿੱਚ ਹੀ ਨਾਈਟ ਮੈਂ ਸੌਂਦਾ, ਕਿਤੇ ਬਾਹਰ ਜਾ ਕੇ ਸੌਣ ਦੀ ਮੈਨੂੰ ਆਦਤ ਨਹੀਂ। ਜਦੋਂ ਮੈਂ ਜਿੱਥੇ ਵੀ ਪੋਸਟ ਲਿਆ